ਅਸੀਂ ਅੱਜ ਕਰ ਰਹੇ ਹਾਂ ਰਿਵਿਊ ਸਾਈਕਲ ਦਾ ਇਹ ਇਲੈਕਟ੍ਰਿਕ ਆ ਜਾਂ ਮੈਨੂਵਲਾ ਆ ਜਾਓ ਜਾਣਦਿਆਂ ਕੀ ਇਹਦਾ ਪ੍ਰਾਈਸ ਆ ਕਿੰਨੇ ਦੀ ਮਿਲੀ ਆ ਇਹ ਤੇ ਕਿਹੜੀ ਕੰਪਨੀ ਦੀ ਆ ਤੇ ਟਾਟਾ ਨੇ ਵੀ ਇੱਕ ਸਾਈਕਲ ਆ ਜਿਹੜੀ ਇਲੈਕਟ੍ਰਿਕ ਕੱਢ ਦिती ਆ ਪੈਡਲ ਵੀ ਨਾਲ ਆ ਤੇ ਉਹਦੇ ਨਾਲ ਬੈਟਰੀ ਵੀ ਲੱਗੀ ਹੋਈ ਆ ਕਹਿੰਦੇ 30 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਨਾਲ ਭੱਜਦੀ ਆ ਬੈਟਰੀ ਤੇ 130 ਕਿਲੋਮੀਟਰ ਜਾਂਦੀ ਆ ਇੱਕ ਵਾਰ ਚਾਰਜ ਕੀਤੇ ਤੇ ਸੋ ਦੋਸਤੋ ਤੁਸੀਂ ਮੇਰਾ ਕਹਿਣੇ ਜਿਹੜੇ ਦਫ਼ਤਰ ਨੂੰ ਜਾਣੇ ਵਾਲੇ ਬੰਦੇ ਆ ਯਾਰ ਉਹਨਾਂ ਨੂੰ ਚਾਹੀਦੀ ਸਾਈਕਲ ਹੀ ਸਭ ਤੋਂ ਵਧੀਆ ਜਾਂ ਥੱਕ ਗਿਆ ਤਾਂ ਬੈਟਰੀ ਆ ਨਹੀਂ ਪੈਡਲ ਆ ਸੋ ਇਹਦੀ ਕੀਮਤ ਕਿੰਨੀ ਆ ਤੇ ਇਹਦੀਆਂ ਖੂਬੀਆਂ ਕਿੰਦਾਂੀਆਂ ਦੋਸਤੋ ਮਹੀਨਾ ਹੋ ਗਿਆ ਲਿਆਂਦੀ ਨੂੰ ਰਿਵਿਊ ਅੱਜ ਲੱਗੇ ਕਰਨ ਕਹਿ ਲਓ ਪੇ ਅਨਬਾਕਸਿੰਗ ਲੱਗੇ ਕਰਨੇ ਦੀ ਅੱਜ ਇਹ ਤਾਂ ਕਿ ਮੈਂ ਤੁਹਾਨੂੰ ਕੋਈ ਗਲਤ ਜਾਣਕਾਰੀ ਨਾ ਦੇ ਦਾਂ ਇਸ ਕਰਕੇ ਮੈਂ ਪਹਿਲਾਂ ਨਹੀਂ ਕੀਤੀ ਸੋ ਦੋਸਤੋ ਸਾਈਕਲ ਇਹ ਬਹੁਤ ਵਧੀਆ ਆ ਤੇ 7 ਤੇ 3 10 ਗੇਅਰ ਆ ਇਹਦੇ ਵਿੱਚ ਤੇ ਇਹ ਤੁਸੀਂ ਐਕਸਰਸਾਈਜ਼ ਲਈ ਯੂਜ਼ ਕਰ ਸਕਦੇ ਆ ਡਿਸਕ ਬ੍ਰੇਕਾਂ ਇਹਦੇ ਉੱਪਰ ਲੱਗੀਆਂ ਹੋਈਆਂ ਹੀਰੋ ਦੀ ਇਹ ਸਾਈਕਲ 26 ਆ ਤੇ ਆਟੋ ਇਹਦੇ ਗੇਅਰ ਆ ਜਿਹੜੇ ਉਹ ਚੇਂਜ ਹੁੰਦੇ ਆ ਤੇ 3 ਸਪੀਡ ਮੋਰੇ ਆ ਤੇ 7 ਸਪੀਡ ਹੈਗੀ ਇਹਦੇ ਪਿੱਛੇ ਤੇ ਮੈਂ ਕਹਿੰਨਾ ਸਾਈਕਲ ਬਹੁਤ ਵਧੀਆ ਹਲਕਾ ਜਿਹਨੂੰ ਕਹਿ ਲਈਏ ਪੇ ਹਲਕਾ ਸਾਈਕਲ ਆ ਸੋ ਇਹ ਜੇਕਰ ਕਿਸੇ ਨੇ ਐਕਸਰਸਾਈਜ਼ ਲਈ ਲੈਣਾ ਉਹਦੇ ਲਈ ਵੀ ਬਹੁਤ ਅੱਛਾ ਆ ਤੇ ਜੇ ਕਿਸੇ ਨੇ ਦੂਰ ਤਰਾਡੇ ਜਾਣਾ ਹੈ ਉਹਦੇ ਲਈ ਵੀ ਬਹੁਤ ਅੱਛਾ ਆ ਤੇ ਜੇ ਕਿਸੇ ਨੇ ਇਹਨੂੰ ਘਰ ਸ਼ੌਂਕੀਆ ਤੌਰ ਤੇ ਜਿਹੜੇ ਹੁਣ 2-4 ਗੇੜੀਆਂ ਲਾਉਂਦੇ ਆ ਉਹਨਾਂ ਲਈ ਵੀ ਬਹੁਤ ਅੱਛਾ ਐ ਸੋ ਦੋਸਤੋ ਆ ਦੇਖੋ ਤੁਹਾਨੂੰ ਮੈਂ ਦਿਖਾ ਲਦਾ ਇਹਦੇ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਦਿਖਾ ਲਿਓ ਜੀ ਇੱਕ ਵਾਰ ਇਹਨਾਂ ਨੂੰ 1 2 3 4 5 6 7 7 ਦੋਸਤੋ ਇਹਦੇ ਪਿੱਛੇ ਗੇਰ ਆ ਤੇ ਤਿੰਨੇ ਦੇ ਮੂਰਲੇ ਆ ਤੇ ਬ੍ਰੇਕਾਂ ਦੋਸਤੋ ਇਹਦੀਆਂ ਆ ਤੁਸੀਂ ਦੇਖ ਲਓ ਮੋਟਰਸਾਈਕਲਾਂ ਵਾਲੀਆਂ ਦੋਸਤੋ ਡਿਸਕ ਬ੍ਰੇਕਾਂ ਆ ਗਈਆਂ ਡਿਸਕ ਆ ਲੋ ਜੀ ਕਹਿੰਦੇ ਅੱਗੇ ਵਾਲੇ ਗੁੱਟ ਕੇ ਗੁੱਟ ਕੇ ਦੋਸਤੋ ਚੱਕ ਦਿੱਤੇ ਕੰਪਨੀ ਦੇ ਤੇ ਮੂਰੇ ਜਿਹੜੇ ਸ਼ੌਕਰ ਲਾ ਲਾ ਕੇ ਵੀ ਤੁਹਾਡੇ ਜਿਹੜਾ ਆ ਤੁਹਾਨੂੰ ਝੂਟਾ ਨਹੀਂ ਲੱਗਣ ਦੇਣਾ ਕਿਉਂਕਿ ਮੁੱਲ ਆ ਜਿਹੜਾ ਦੋਸਤੋ ਪੈਸਿਆਂ ਦਾ ਆ ਝੂਟਾ ਨਹੀਂ ਕਹਿੰਦੇ ਲੱਗਣ ਦੇਣਾ ਪੈਸੇ ਹੀ ਤੁਹਾਨੂੰ ਜਿਹੜੇ ਅੱਦਾ ਅੱਦਾ ਚੱਕੀ ਫਿਰਦੇ ਆ ਕਿਉਂਕਿ ਅੱਦਾ ਅੱਦਾ ਪੈਸੇ ਹੀ ਚੱਕੀ ਫਿਰਦੇ ਆ ਜਿੰਨੇ ਕ ਪੈਸੇ ਲਾਣੇ ਆ ਓਨੇ ਕ ਝਟਕੇ ਖਾਣੇ ਆ ਤੋ ਇਹ ਅਸਲੀ ਕੀਮਤ ਇਹਦੀ ਹੈਗੀ ਕਿੰਨੀ ਆ ਦੋਸਤੋ ਆਪਾਂ ਗੱਲ ਉਹਦੀ ਕਰਦੇ ਆ ਤੇ ਇਹ ਹੈਗਾ ਹੀਰੋ ਦਾ 26 ਤੇ ਟਾਟਾ ਦਾ ਜਿਹੜਾ ਉਹ ਵੀ ਆਣੇ ਵਾਲਾ ਉਹਦਾ ਵੀ ਰਿਵਿਊ ਆਪਾਂ ਕਰਾਂਗੇ ਕਿਉਂਕਿ ਉਹ ਹਜੇ ਇੱਥੇ ਆਪਣੇ ਸ਼ਹਿਰ ਦੇ ਵਿੱਚ ਨਹੀਂ ਆਇਆ ਤੇ ਆਪਾਂ ਜਿੱਥੇ ਦੇਖਿਆ ਆ ਤੇ ਉੱਥੇ ਜਾ ਕੇ ਤੁਹਾਨੂੰ ਉਹਦਾ ਰਿਵਿਊ ਦੇਵਾਂਗੇ ਪਰ ਇਸ ਸਾਈਕਲ ਦੇ ਵਿੱਚ ਜਿਹੜਾ ਆ ਟਾਟਾ ਔਰ ਇਹ ਸਾਈਕਲ ਨਾ ਸੇਮ ਆ ਡਿਜ਼ਾਈਨ ਵੀ ਔਰ ਉਹਦਾ ਜਿਹੜੀ ਬਣਤਰ ਵੀ ਆ ਤੇ ਉਹਦੇ ਵਿੱਚ ਕੀ ਐ ਇੱਥੇ ਨਾ ਇਸ ਜਗ੍ਹਾ ਇੱਕ ਨਹੀਂ ਬੈਟਰੀ ਲਾਤੀ ਤੇ ਇੱਥੇ ਮੋਟਰ ਲਾਤੀ ਤੇ ਉਹ ਜਿਹੜਾ ਉਹ ਸਾਈਕਲ ਦਾ ਰੇਟ ਹੈਗਾ 26000 ਰੁਪਈਆ ਦੋਸਤੋ ਇਹਦਾ ਹੈਗਾ 12.5 ਹਜ਼ਾਰ 13000 ਸੋ ਇਹ ਹੀਰੋ ਵਾਲੇ ਮੇਰੀ ਗੱਲ ਸੁਣਦੇ ਹੋਣ ਤਾਂ ਉਹਨਾਂ ਨੂੰ ਬੇਨਤੀ ਆ ਭਰਾਵੋ ਥੋੜਾ ਜਿਹਾ ਇਹਦਾ ਰੇਟ ਆ ਜਿਹੜਾ ਘੱਟ ਕਰੋ ਕਿਉਂਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਜੇਕਰ ਇਹਨੂੰ ਬੰਦਾ 13-14000 ਦਾ ਸਾਈਕਲ ਲਊਗਾ ਅਗਲਾ ਕਹਿੰਦਾ ਵੀ ਮੈਂ ਰਹਿਣ ਦੇ ਯਾਰ ਦੂਜਾ ਲੈ ਲੈਣਾ ਪਰ ਇਹ ਸਾਈਕਲ ਜਿਹੜਾ ਆ ਬਿਲਕੁਲ ਜਿਹਨੂੰ ਕਹ ਲਈਏ ਲਾਈਟ ਬੇਟਾ ਬਹੁਤ ਹਲਕਾ ਸਾਈਕਲ ਆ ਤੇ ਮਜ਼ਬੂਤ ਆ ਤੇ ਬਾਕੀ ਹੁਣ ਮਜਬੂਤੀ ਤਾਂ ਇਕੱਲੇ ਬੰਦੇ ਲਈ ਆ ਜੇ ਕੋ ਪਿੱਛੇ ਕੈਰੀਅਰ ਦੋਸਤੋ ਹੈ ਨਹੀਂ ਬੀਬੀ ਤੁਰ ਕੇ ਆਉਗੀ ਜਾਂ ਬੀਬੀ ਬਾਸ ਆਉਗੀ ਜਾਂ ਬੀਬੀ ਐਕਟਿਵ ਆ ਤੇ ਆਉਗੀ ਇਕੱਲੇ ਲਈ ਆ ਇਹ ਇਸ ਚੀਜ਼ ਦਾ ਧਿਆਨ ਰੱਖਣਾ ਜਾਂ ਆਪਣੀ ਬੀਬੀ ਨੂੰ ਸਾਈਕਲ ਤੁਹਾਨੂੰ ਨਾਲ ਲੈ ਕੇ ਦੇਣਾ ਪਊਗਾ ਤੇ ਜਿਹਦੇ ਕਰਕੇ ਉਹ ਕਸਰਤਾਂ ਐਕਸਰਸਾਈਜ਼ ਕਰ ਲਿਓ ਜਾਂ ਆਪਣਾ ਟਾਈਮ ਥੋੜਾ ਗਿਪਚੇ ਕਰ ਲਿਓ ਤੇ ਹੁਣ ਦੋਸਤੋ ਤੁਹਾਨੂੰ ਦੱਸ ਦੇ ਰਿਹਾ ਮ ਤੇ ਰਮ ਇਹਦੇ ਜਿਹੜੇ ਦੂਜੀਆਂ ਸਾਈਕਲਾਂ ਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਆ ਤੇ ਆ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜਰਾ ਦੇਖੋ ਡਿਜ਼ਾਈਨ ਇਹਦਾ ਆ ਦੇਖੋ ਇਹਦੇ ਡਿਜ਼ਾਈਨ ਟਾਇਰ ਦੇ ਔਰ ਰਿਮ ਦੇ ਦੋਨਾਂ ਇਹ ਨਹੀਂ ਹੈਗਾ ਵੀ ਦੂਜਾ ਟਾਇਰ ਤੁਸੀਂ ਲਿਆ ਤੇ ਚਾੜ੍ਹ ਲਿਆ ਦੋਸਤੋ ਇਹਦੇ ਰਿਮ ਔਰ ਇਹਦਾ ਟਾਇਰ ਦੋਨਾਂ ਚੀਜ਼ਾਂ ਦਾ ਫਰਕ ਆ ਇਹਨਾਂ ਦੇਖੋ ਮੈਨੂੰ ਲੱਗਦਾ ਵੀ ਪੈਸੇ ਵੀ ਇਸੇ ਕੰਮ ਦੇ ਜ਼ਿਆਦਾ ਆ ਸੇਮ ਮੈਂ ਇਹੇ ਦੇਖਿਆ ਟਾਟਾ ਦੇ ਉਹਦੇ ਉਹਦੇ ਸਾਈਕਲ ਦੇ ਵਿੱਚ ਇਲੈਕਟ੍ਰਿਕ ਦੇ ਵਿੱਚ ਵੀ ਮੈਂ ਰਿਮ ਇਹੀ ਦੇਖਿਆ ਕਿਉਂਕਿ ਜਿਹੜਾ ਉਹਦੀ ਬਣਤਰ ਵੀ ਇਹੀ ਆ ਤੇ ਸਿਰਫ ਮੈਨੂੰ ਲੱਗਦਾ ਵੀ ਨਾ ਹੀ ਟਾਟਾ ਆ ਉਹਦਾ ਬਾਕੀ ਬਣਤਰ ਸਾਰਾ ਸੇਮ ਟੂ ਸੇਮ ਆ ਇੱਕ ਮਤਲਬ ਹਰੇਕ ਚੀਜ਼ ਇਹ ਅਸਲ ਦੇ ਵਿੱਚ ਸਾਈਕਲੀਆਂ ਜਿਹੜੇ ਸਾਈਕਲ ਆ ਇਹ ਕਿਹਦੇ ਲਈ ਬਣਿਆ ਇਹ ਸਪੋਰਟਸ ਲਈ ਬਣਿਆ ਦੋਸਤੋ ਜਿਨ੍ਹਾਂ ਨੇ ਹਾਈ ਸਪੀਡਸ ਜਾਣਦੇ ਨਹੀਂ ਹੁੰਦੇ ਗੇਮਾਂ ਦੇ ਵਿੱਚ ਇਹ ਅਸਲ ਦੇ ਵਿੱਚ ਇਹ ਸਾਈਕਲ ਇਹ ਉਹਨਾਂ ਦੇ ਲਈ ਆ ਸੋ ਸਾਡੇ ਨਾਰਮਲ ਬੰਦਿਆਂ ਲਈ ਸਾਈਕਲ ਦੂਜੇ ਆ ਸੋ ਇਹ ਜਿਹੜਾ ਬੱਚਾ ਆ ਉਹ ਮਤਲਬ ਇਸ ਇਸ ਨੀਡ ਨਾਲ ਉਹਨੂੰ ਲਿਆ ਵੀ ਮੈਂ ਸਾਈਕਲ ਭਜਾਉਂਗਾ ਜਾਂ ਮੈਂ ਸਾਈਕਲ ਦੀ ਰੇਸ ਦੇ ਵਿੱਚ ਜਾਊਂਗਾ ਸੋ ਦੋਸਤੋ ਦੱਸਿਓ ਤੁਸੀਂ ਜੇਕਰ ਤੁਹਾਡੇ ਕੋਲੇ ਸਾਈਕਲ ਪਹਿਲਾਂ ਤੋਂ ਹੈਗਾ ਘਰ ਤੇ ਤੁਸੀਂ ਇਹ ਕਿੰਨਾ ਚਿਰ ਚਲਾਇਆ ਤੇ ਕਿੰਨਾ ਕੀ ਇਹਦਾ ਰਿਵਿਊ ਆਪੇ ਸਹੀ ਚਲਦੇ ਗੇਰ ਪੈਂਦੇ ਆ ਕਿਉਂਕਿ ਸਾਨੂੰ ਤਾਂ ਮਹੀਨਾ ਹੋਇਆ ਲੰਘ ਤੇ ਹੋ ਸਕਦਾ ਤੁਹਾਡੇ ਕੋਲ 2 ਮਹੀਨੇ ਵੀ ਹੋ ਗਏ ਹੁਣ ਸਾਲ ਵੀ ਹੋ ਗਿਆ ਹੋਵੇ ਸੋ ਇਸ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਚ